ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਬ੍ਰੈਂਪਟਨ ਤੋਂ ਬਸ ਨਾਲ ਹੀ ਜਿਹੜਾ ਸ਼ਹਿਰ ਆ ਕੈਨੇਡਾ ਦੇ ਵਿੱਚ ਆਏ ਹੋਏ ਹਾਂ ਜੀ, ਅਤੇ ਉਰੇ ਇੱਕ ਡਾਊਨੀ ਸਵਾਮ ਆ, ਬਹੁਤ ਹੀ ਫੇਮਸ ਆ। ਪਤਾ ਨਹੀਂ ਇੰਨੇ ਸਾਲ ਕਿਉਂ ਲੱਗ ਗਏ ਉਰੇ ਆਉਣ ਨੂੰ, ਨਹੀਂ ਤਾਂ ਆਸੇ ਪਾਸੇ ਸਾਰੇ ਘੁੰਮੇ ਹੋਏ ਆ। ਮੈਂ ਕਿਹਾ ਅੱਜ ਘੁੰਮ ਕੇ ਆਉਂਦੇ ਹਾਂ, ਬਹੁਤ ਵਾਰੀ ਸੋਚਿਆ ਉਰੇ ਪਹਿਲਾਂ ਵੀ ਅਸੀਂ ਆਉਣ ਨੂੰ, ਪਰ ਕਿਸੇ ਨਾ ਕਿਸੇ ਕਾਰਨ ਕਰਕੇ ਰਹਿ ਜਾਂਦਾ ਸੀਗਾ ਜੀ। ਫਿਰ ਅੱਜ ਹੀ ਸੋਚਿਆ ਵੀ ਅੱਜ ਵੈਦਰ ਵੀ ਥੋੜ੍ਹਾ ਜਿਹਾ ਠੀਕ ਆ, ਅੰਗਦ ਨੂੰ ਵੀ ਘੁੰਮਾ ਲਿਆਉਂਦੇ ਹਾਂ ਮਾੜਾ ਜਿਹਾ। ਸੋ ਫਾਰਮ 'ਚ ਚੱਲਦੇ ਹਾਂ ਅਤੇ ਦੇਖਦੇ ਹਾਂ ਵੀ ਕੀ ਹਿਸਾਬ ਕਿਤਾਬ, ਨਾਲੇ ਤੁਹਾਨੂੰ ਦਿਖਾਉਂਦੇ ਹਾਂ ਗੋਰਿਆਂ ਦਾ ਫਾਰਮ। ਡਾਊਨੀਸ ਫਾਰਮ ਓਪਨ ਡੇਲੀ ਜੀ 9 to 5 ਵਜੇ, ਅਤੇ ਪਾਰਕਿੰਗ ਫਰੀ ਸੀਗੀ। ਇੱਧਰ ਆਪਾਂ ਗੱਡੀ ਆਪਣੀ ਪਾਰਕ ਕਰਤੀ। ਆਹ ਉਰੇ ਤੁਸੀਂ ਟਿਕਟਸ ਔਨਲਾਈਨ ਵੀ ਬਾਏ ਕਰ ਸਕਦੇ ਹੋ ਸਕੈਨ ਕਰਕੇ। ਬਾਕੀ ਆ ਤੁਸੀਂ ਦੇਖ ਸਕਦੇ ਹੋ ਉਰੇ ਖਾਣ ਪੀਣ ਨੂੰ ਦੁਕਾਨਾਂ ਦੁਕਾਨਾਂ ਖਾਸਾ ਕੁਛ ਆ। ਆਪਾਂ ਅੱਜ ਕਰਨੀ ਆ ਰੈਸਬੈਰੀ ਪਿੱਕ, 1 ਲੀਟਰ $8 ਦੀ, 2 ਲੀਟਰ $16 ਦੀਆਂ, ਅਤੇ ਆਪਾਂ ਲਈ ਆ $24 ਵਾਲੀ ਬਾਸਕਿਟ ਜਿਹੀ। ਸੋ ਇਹ ਬੇਸਿਕਲੀ 3 ਲੀਟਰ ਵਾਲੀ ਬਾਸਕਿਟ ਆ। ਅਤੇ ਉਰੇ ਆਪਣਾ ਹੁਣ ਉਹ ਟਰੈਕਟਰ ਜਿਹਾ ਆ ਗਿਆ ਆ, ਇਹਨਾਂ ਦੀ ਮਗਰ ਗੋਰਿਆਂ ਦੀ ਟਰਾਲੀ ਆ, ਇਹਦੇ ਵਿੱਚ ਬਹਿ ਜਾਣਾ ਵਾ। ਅਸੀਂ ਉਰੇ ਸੋਚ ਕੇ ਆਏ ਸੀਗੇ ਵੀ ਸਟ੍ਰਾਬੇਰੀ ਪਿਕਿੰਗ ਕਰਾਂਗੇ, ਪਰ ਉਰੇ ਆ ਕੇ ਪਤਾ ਲੱਗਿਆ ਵੀ ਅੱਜ ਸਟ੍ਰਾਬੇਰੀ ਪਿਕਿੰਗ ਅੱਜ ਹੈ ਨਹੀਂ ਸੀਨ। ਅੱਜ ਕਹਿੰਦੇ ਰੈਸਬੇਰੀ ਤੁਸੀਂ ਪਿਕ ਕਰ ਸਕਦੇ ਹੋ। ਆਹ ਬਕਟ ਹੀ ਦਿੱਤੀ ਆ ਬੇਸਿਕਲੀ, ਇਹ 3 ਲੀਟਰ ਵਾਲੀ ਆ। 1 ਲੀਟਰ ਦੇ ਉਹਨਾਂ ਨੇ ਲਿਖੇ ਹੋਏ ਸੀਗੇ $8, 2 ਦੇ $16 ਅਤੇ 3 ਦੇ $24। ਸਰ ਪੈ ਤਾਂ ਆਪਾਂ ਨੂੰ ਮੈਨੂੰ ਲੱਗਦਾ ਸਟੋਰ ਤਾਂ ਮਹਿੰਗੀ ਹੋ ਜਾਣੀ ਹੈ ਕਿ ਨਹੀਂ, ਉਹਦੇ ਬਰਾਬਰ ਕੀ ਪੈ ਜੂਗੀ। ਅਤੇ ਬਾਕੀ ਹੁਣ ਆਪਾਂ ਬਹਿ ਜਾਓ, ਤੁਸੀਂ ਸ਼ੁਰੂ ਕਰਨ ਲੱਗਿਆ ਵਾ, ਅਤੇ ਬਸ ਚੱਲਦੇ ਹਾਂ ਹੁਣ ਫਾਰਮ ਦੇ ਵਿੱਚ। ਆ ਟਰੈਕਟਰ ਜਿਹੇ 'ਚ ਬਿਠਾ ਤਾ ਸਾਨੂੰ, ਅਤੇ ਬਸ ਚੱਲਦੇ ਹਾਂ। ਅੰਗਦ ਅੱਜ ਫਾਰਮਰ ਬੋਆਏ ਲੱਗ ਰਿਹਾ, ਇੱਧਰਲਾ ਫਾਰਮਰ ਲੱਗ ਰਿਹਾ, ਇੱਧਰਲਾ ਝੱਗਾ ਜਿਹਾ ਪਾਇਆ ਹੋਇਆ ਅਤੇ ਬਾਈ ਡੱਕਰੀ ਜਾਂਦਾ ਟਰੈਕਟਰ ਪੂਰਾ ਗੋਰਾ ਬਾਈ। ਉਹਨੇ ਵੀ ਪਿੱਛੇ ਸਟ੍ਰਾਬੇਰੀਆਂ ਬਣਾਈਆਂ ਹੋਈਆਂ ਨੇ, ਪਰ ਟੈਂਟਣ ਅੰਕਲ ਆਰ ਯੂ ਐਕਸਾਈਟਿਡ? ਯੈਸ। ਹੈਲੋ ਜੀ, ਟਰੈਕਟਰ ਵਾਲਾ ਸਾਨੂੰ ਤਾਰ ਗਿਆ, ਅੰਕਲ ਆਪਣੇ ਆਪ ਹੀ ਲੱਗ ਗਿਆ, ਪਤਾ ਨਹੀਂ ਵੀਡੀਓ 'ਚ ਦੇਖ ਕੇ ਆਪਣੇ ਆਪਣੇ ਉਹ ਪਿੱਕ ਕਰਨ ਲੱਗ ਗਿਆ। ਹਾਂ ਓਏ, ਹੀ ਸਟਾਰਟਡ ਈਟਿੰਗ ਟੂ। ਦੇਖੋ ਪਹਿਲਾਂ ਹੀ ਉਰੇ ਕਿੰਨੇ ਲੋਕ ਨੇ, ਮੈਨੂੰ ਤਾਂ ਵੈਨਕੂਵਰ ਲੈਂਗਲੀ ਦੀ ਯਾਦ ਆ ਗਈ, ਭੂ ਵਾਲੇ ਫਾਰਮ ਦੀ, ਉੱਥੇ ਵੀ ਇਦਾਂ ਹੀ ਬੇਰੀ ਤੋੜਦੇ ਹੁੰਦੇ ਆ। ਅੰਗਦ ਖਾ ਵੀ ਲਓ, ਟੇਸਟ ਕਰ ਲਓ ਇੱਕ। ਉਹ ਇੰਨੀਆਂ ਕੱਚੀਆਂ ਨੇ ਨਾ ਵਿੱਚ ਵਿੱਚ, ਕਿੰਨਾ ਵਧੀਆ ਜਿਹਾ ਲੱਗ ਰਿਹਾ ਵਾ, ਬਾਹਲੀ ਧੁੱਪ ਜੀ ਵੀ ਨਹੀਂ ਹੈਗੀ, ਤੇ ਮੁੰਡਾ ਸਾਡਾ ਆਪ ਹੀ ਕੰਮ ਕਰੀ ਜਾਂਦਾ ਸਾਨੂੰ ਕਰਦੇ। ਉਹ ਯਾਰ ਸਾਨੂੰ ਦੇ ਦੇ ਵਿੱਚ, ਸਾਰੀਆਂ ਇਹਨੇ ਕੀਤੀਆਂ ਨੇ ਇਕੱਠੀਆਂ, ਇਹਨੂੰ ਕਿਸੇ ਨੇ ਨਹੀਂ ਕਿਹਾ, ਆਮ ਸਾਰ ਆਪ ਹੀ ਲੱਗ ਗਿਆ। ਆਪਾਂ ਤੋੜ ਤਾਂ ਸਕਦੇ ਹੀ ਆ, ਨਾਲ ਦੀ ਨਾਲ ਆਪਾਂ ਉਰੇ ਖਾ ਵੀ ਸਕਦੇ ਹਾਂ। ਅੰਗਦ ਇਜ਼ ਸੋ ਕਿਊਟ, ਜੇ ਸਾਨੂੰ ਕਿਸੇ ਨੇ ਰੋਕਤਾ ਫਿਰ ਤੁਹਾਨੂੰ ਦੱਸਾਂਗੇ ਵੀ ਰੁਕ ਜਾਓ, ਨਹੀਂ ਤਾਂ ਉਰੇ ਜਿੰਨੀਆਂ ਮਰਜ਼ੀ ਖਾਓ, ਸਟ੍ਰਾਬੇਰੀਆਂ ਤੋੜਨ ਆਉਂਦੇ ਹੋ ਵੀ। ਅੰਗਦ ਕਹਿੰਦਾ ਨੋ ਈਟ, ਪਹਿਲਾਂ ਕਹਿੰਦਾ ਸੀ ਸਾਨੂੰ, ਕਹਿੰਦਾ ਨਹੀਂ। ਵਧੀਆ ਚੀਜ਼ ਆ, ਕਿਤੇ ਇਹਨਾਂ ਨੂੰ ਤੋੜਨ ਦੇ ਵੀ ਪੈਸੇ ਦੇਣੇ ਪੈਣੇ ਸੀ, ਫਿਰ ਮਾਰਕੀਟ 'ਚ ਲੈ ਕੇ ਜਾਂਦੇ। ਇਹਨਾਂ ਨੇ ਨਾਲੇ ਤਾਂ ਐਡਵੈਂਚਰ ਜਿਹਾ ਬਣਾਤਾ ਵੀ ਤੁਸੀਂ ਆਪੇ ਆ ਕੇ ਤੋੜ ਲਓ, ਨਾਲੇ ਵਧੀਆ ਪੈਸੇ ਬਣਦੇ ਆ, ਲੇਬਰ ਬਚਦੀ ਆ, ਨਾਲੇ ਇਹਨਾਂ ਨੇ ਸਾਈਡਾਂ 'ਤੇ ਹੋਰ ਵੀ ਕੰਮ ਸ਼ੁਰੂ ਕੀਤਾ, ਜਿੱਦਾਂ ਪਲੇ ਏਰੀਆ ਬਣਾਇਆ ਹੋਇਆ। ਉਹਦੀ ਅਲੱਗ ਟਿਕਟ ਆ, ਉਹਦੀ ਟਿਕਟ ਕਿੰਨੀ ਸੀ? $16 per person. $16 ਇੱਕ ਬੰਦੇ ਦੀ ਟਿਕਟ ਉਹਦੀ, ਉਹਦੇ ਵਿੱਚ ਬੱਚਿਆਂ ਦੇ ਖੇਡਣ ਦਾ ਏਰੀਆ ਵਾ। ਪਰ ਮੈਨੂੰ ਬਹੁਤ ਵਧੀਆ ਲੱਗਿਆ, ਬੱਚੇ ਆ ਕੇ ਨਾਲੇ ਫਾਰਮ ਬਾਰੇ ਸਿੱਖਦੇ ਆ, ਜਿਹੜੇ ਇੱਧਰ ਵਾਲੇ ਬੱਚੇ ਆ, ਜਿਵੇਂ ਅੰਗਦ ਆਇਆ ਹੁਣ, ਉਹਨੂੰ ਕਿੰਨੀ ਐਕਸਾਈਟਮੈਂਟ ਆ। ਤੇ ਆਪਾਂ ਐਵੇਂ ਵੀ ਅਸ਼ਰ ਨਾ, ਆਪਾਂ ਐਵੇਂ ਵੀ ਲਾਈਕ ਬ੍ਰੈਂਪਟਨ ਦੇ ਵਿੱਚ ਹੀ ਆ, ਆਲਮੋਸਟ ਕੈਨੇਡਾ 'ਚ ਹੀ ਆਏ ਹਲੇ ਆਪਾਂ, ਥੋੜ੍ਹੇ ਜਿਹੀ ਦੂਰ। ਪਰ ਆਪਣੇ ਲੋਕ ਨਹੀਂ ਆਏ ਉਰੇ, ਸਾਰੇ ਗੋਰੀ ਫਿਰਦੇ ਆ ਨਾ ਮੋਸਟਲੀ। ਤੇ ਆਪਾਂ ਆਏ ਵੀ ਬਸ ਵੀਕਡੇ ਦੇ ਵਿੱਚ ਆ, ਬਾਕੀ ਸਾਰੇ ਕੰਮਾਂ ਤੇ ਵੀ ਗਏ ਨੇ। ਅੱਜ ਅਸੀਂ ਬ੍ਰੇਕ ਲਈ ਆ ਥੋੜ੍ਹੀ ਜਿਹੀ, ਵੀ ਚਲੋ ਫਾਰਮ ਘੁੰਮ ਕੇ ਆਈਏ। ਹੈਲੋਵੀਨ ਵੇਰੇ ਵੀ ਇੱਥੇ ਬਹੁਤ ਵਧੀਆ ਸਜਾਇਆ ਹੁੰਦਾ, ਫਾਲ 'ਚ ਵੀ, ਕ੍ਰਿਸਮਸ 'ਚ ਵੀ, ਬਹੁਤ ਕੁਛ ਆ ਉਰੇ ਯਾਰ। ਬੱਕਰੀਆਂ ਨੇ, ਮੱਝਾਂ ਤਾਂ ਨਹੀਂ, ਗਾਵਾਂ ਨੇ, ਹੋਰ ਬਹੁਤ ਕੁਛ ਹੁੰਦਾ ਉਰੇ, ਬਹੁਤ ਈਵੈਂਟ ਹੁੰਦੇ ਰਹਿੰਦੇ ਆ, ਫੂਡ ਮਾਰਕੀਟ ਵੀ ਲੱਗਦੀ ਰਹਿੰਦੀ ਆ। ਤੁਸੀਂ ਆਪਦੀ ਉਹ ਇਹ ਹਣੀ ਤੁਹਾਡਾ ਫਾਲਟ ਆ ਜੀ, ਹੁਣ ਉਹਦਾ ਵਿਚਾਰਾ ਆਪਦਾ ਕੰਮ ਕਰ ਰਿਹਾ ਸੀ, ਤਾਂ ਹੀ ਦਿੱਕੂਗਾ। ਲੈ ਮੈਂ ਰਮਾਲ ਦਿੰਨੀ ਆ ਯਾਰ, ਸਾਨੂੰ ਤਾਂ ਇਹ ਉਹ ਦੇਖੀ ਸ਼ਰਟ ਤੇ ਲਾਈ ਜਾਂਦਾ ਉਹ ਲਾਲ ਲਾਲ ਜਿਹਾ, ਸਾਨੂੰ ਤਾਂ ਟੋਕਰੀ ਉਹ ਨਹੀਂ ਫੜਾ ਰਿਹਾ ਹੈਗਾ। ਬਾਕੀ ਤੁਸੀਂ ਦੇਖ ਸਕਦੇ ਹੋ ਜੀ ਆਸੇ ਪਾਸੇ ਕਾਫੀ ਹੋਰ ਜਾਣੇ ਵੀ ਆਏ ਹੋਏ ਨੇ, ਸਟ੍ਰਾਬੇਰੀਆਂ ਆ ਸੋਰੀ ਰੈਸਬੇਰੀਆਂ ਤੋੜਨ, ਖਾਸੀ ਰੌਣਕ ਲੱਗੀ ਹੋਈ ਆ। ਇੱਕ ਟਰੈਕਟਰ ਜਿਹਾ ਲੈ ਕੇ ਆਉਂਦਾ, ਬਸ ਉਰੇ ਤਾਰੇ ਆਉਂਦਾ।
ਸਟ੍ਰਾਬੇਰੀ ਅਸੀਂ ਮੰਗਦੇ ਸੀ ਅੰਗਦ ਵਾਸਤੇ ਆਹ ਘਰੋਂ ਲਿਆਂਦੀ ਸੀਗੀ ਸਟ੍ਰਾਬੇਰੀਆਂ ਤਰੇ ਨਹੀਂ ਸੀ ਰੈਸਬੇਰੀਆਂ ਸੀਗੀਆਂ ਅੰਗਦ ਕਹਿੰਦਾ ਖਾਣੀਆਂ ਅੰਗਦ ਖਾਣੀਆਂ ਰੈਸਬੇਰੀ ਤੈਨੂੰ ਵਧੀਆ ਨਹੀਂ ਲੱਗੀਆਂ ਕਿਹੜਾ ਮੂੰਹ ਖਾਊਗਾ ਕੀ ਹੋ ਗਿਆ ਓਹੋ ਜਦੋਂ ਆਪਾਂ ਐਂਟਰ ਹੁੰਦੇ ਹਾਂ ਉਰੇ ਫਾਰਮ ਦੇ ਵਿੱਚ ਤਾਂ ਆਪਾਂ ਨੂੰ ਉਹ ਬਾਸਕਿਟ ਜੀ ਦਿੰਦੇ ਆ ਵੀ ਵੱਡੀ ਬਾਸਕਿਟ ਛੋਟੀ ਬਾਸਕਿਟ ਸੋ ਛੋਟੀ ਬਾਸਕਿਟ ਲੈ ਕੇ ਆਇਓ ਕਿਉਂਕਿ ਮਤਲਬ ਛੋਟੀ ਲੈਣੀ ਹੈ ਵੱਡੀ ਲੈਣੀ ਉਹ ਤਾਂ ਲੀਟਰਾਂ ਦੇ ਹਿਸਾਬ ਨਾਲ ਆ ਸੋ ਮੈਂ ਕਹੂੰਗਾ ਵੀ ਇੱਕ ਇੱਕ ਲੀਟਰ ਵਾਲੀ ਜਿਹੜੀ ਛੋਟੀ ਬਾਸਕਿਟ ਉਹ ਲੈ ਆਇਓ ਕਿਉਂਕਿ ਹੁਣ ਅਸੀਂ ਇੱਕੇ ਬਾਸਕਿਟ ਲੈ ਆਏ 3 ਲੀਟਰ ਵਾਲੀ ਅੰਗਦ ਰੌਲਾ ਪਾਈ ਜਾਂਦਾ ਕਹਿੰਦਾ ਮੈਂ ਫਿੱਲ ਕਰਨੀ ਆ ਇਹ ਉਹ 'ਚ ਕੱਚੀਆਂ ਤੋੜ ਤੋੜ ਪਾਈ ਜਾਂਦਾ ਇਹ ਹੁਣ ਪੂਰਾ ਰੌਲਾ ਪਾ ਰਿਹਾ ਆਪਦੀ ਮੰਮੀ ਨੂੰ ਲੱਭ ਰਿਹਾ ਵੀ ਕਿੱਥੇ ਆ ਆਹ ਲਓ ਆਹ ਵੀ ਤੁਹਾਡੀ ਆ ਯਮੀ ਆ ਪਹਿਲਾਂ ਦੱਸਾਂ ਟੇਸਟੀ ਆ ਸੋ ਜੇ ਤੁਸੀਂ ਇੱਕ ਇੱਕ ਵਾਲੀਆਂ ਲੈ ਕੇ ਆਉਂਗੇ ਸੋ ਹਰੇਕ ਆਪਦੀ ਭਰ ਲੂਗਾ ਉਹ ਵੱਧ ਫਾਇਦੇ 'ਚ ਆ ਸਪੈਸ਼ਲੀ ਜੇ ਜਵਾਕ ਨਾਲ ਆਉਂਦੇ ਹੋ ਤੁਸੀਂ ਤਾਂ ਆਪਦੀਆਂ ਇੱਕ ਇੱਕ ਕਰਕੇ 2-3 ਬਾਸਕਿਟਾਂ ਲੈ ਲਓ ਠੀਕ ਆ ਅੰਕਲ ਐਮ ਆਈ ਰਾਈਟ ਅੰਗਦ ਸਿੰਘ ਥੱਕ ਚੁੱਕਿਆ ਵਾ ਕਹਿੰਦਾ ਮੈਨੂੰ ਗੋਦੀ ਚੱਕੋ ਮਹਾਂ ਗੋਦੀ ਨਹੀਂ ਤੂੰ ਕਨੇੜੇ ਚੜ ਜਾ ਮੋਢਿਆਂ ਤੇ ਚੜ ਜਾ ਹੁਣ ਕਹਿੰਦਾ ਥੱਲੇ ਤਾਰੋ ਡਰਦਾ ਥੱਲੇ ਤਰ ਚਲੋ ਅੰਗਦ ਉਰੇ ਹਰੇਕ ਨੂੰ ਹਾਏ ਕਰਦਾ ਹਰੇਕ ਗੋਰੇ ਨੂੰ ਗੋਰਿਆਂ ਦੇ ਜਵਾਕ ਨੂੰ ਹਨਾ ਕਿਵੇਂ ਕਰਦਾ ਉਹਨਾਂ ਹਾਏ ਹੁਣ ਮੰਮਾ ਲੱਭ ਰਹੇ ਹਾਂ ਭਾਈ ਅਸੀਂ ਤੇ ਹੁਣ ਦੇਖਦੇ ਹਾਂ ਕਿੱਥੇ ਆ ਮੰਮੀ ਮੰਮੀ ਪੁੱਤ ਰੈਸਬੇਰੀ ਤੋੜਦੀ ਆ ਤੂੰ ਤੋੜਨ ਨਹੀਂ ਦਿੰਦਾ ਸੀਗਾ ਤਾਂ ਕਰਕੇ ਕਿੱਥੇ ਲਓ ਜੀ ਕਾਫੀ ਰੈਸਬੇਰੀ ਤਾਂ ਆਪਾਂ ਤੋੜ ਲਈਆਂ ਅਤੇ ਹੁਣ ਅੰਗਦ ਦੀ ਵੀ ਬੱਸ ਹੋ ਗਈ ਹੈ ਕਹਿੰਦਾ ਚੱਲੋ ਉਰੇ ਹੁਣ ਸਾਨੂੰ ਪਿਛਲੇ 15 ਮਿੰਟ ਤੋਂ ਕਹਿੰਦਾ ਲੈਟਸ ਗੋ ਹੱਥ ਫੜ ਫੜ ਸਾਡਾ ਖਿੱਚ ਕੇ ਲੈ ਕੇ ਜਾਂਦਾ ਉਂਗਲੀ ਤੋਂ ਕਹਿੰਦਾ ਚੱਲ ਉੱਧਰ ਨੂੰ ਕਹਿੰਦਾ ਹੁਣ ਬਹੁਤ ਹੋ ਗਿਆ ਅਤੇ ਬਸ ਭਰ ਲਿਆ ਮੈਨੂੰ ਤਾਂ ਵੈਸੇ ਬਾਹਲੀਆਂ ਸਵਾਦ ਲੱਗਦੀਆਂ ਨਹੀਂ ਇਹ ਠੀਕ ਠੀਕ ਜਿਹੀਆਂ ਹੁੰਦੀਆਂ ਨੇ ਅਤੇ ਖਾ ਵੀ ਲਈਆਂ ਮੈਂ ਤਾਂ ਬਹੁਤ ਸ਼ਰਨ ਅਤੇ ਅੰਗਦ ਨੇ ਨਹੀਂ ਖਾਧੀਆਂ ਮੈਂ ਤਾਂ ਖਾਣੀਆਂ ਨਹੀਂ ਚਾਹੀਦੀਆਂ ਕਿਉਂਕਿ ਸਪਰੇਅ ਸਪਰੂ ਕੀਤੀ ਹੁੰਦੀ ਆ ਥੋੜ੍ਹੀਆਂ ਜਿਹੀਆਂ ਤਾਂ ਮੈਂ ਖਾਧੀਆਂ ਨੇ ਧੋ ਕੇ ਖਾ ਲਿਓ ਮੈਂ ਕਿਹਾ ਚਲੋ ਹੁਣ ਸਾਰੇ ਕੀਤੀ ਸਪਰੇਅ ਕੀਤੀ ਹੁੰਦੀ ਆ ਚੈੱਕ ਕਰਦਾ ਵੀ ਖਾਧੀਆਂ ਨੇ ਕਿ ਨਹੀਂ ਪਹਿਲਾਂ ਵੀ ਮੈਨੂੰ ਦੇਖ ਕੇ ਗਿਆ ਉਹ ਵਾਹਿਗੁਰੂ ਫਿਰ ਵੀ ਅੱਜ ਵੈਦਰ ਬਹੁਤ ਵਧੀਆ ਰਿਹਾ ਧੁੱਪ ਸੀਗੀ ਪਰ ਹਵਾ ਬਹੁਤ ਕਾਫੀ ਠੰਡੀ ਚੱਲਦੀ ਆ ਰੈਸਬੇਰੀਆਂ ਆਪਾਂ ਤੋੜਦੀਆਂ ਜੀ ਆਪਾਂ ਆਪਣੀ ਬਾਸਕਿਟ ਭਰ ਲਈ ਆਹ ਟਰੈਕਟਰ ਆ ਜੀ ਹਰੇਕ 10-20 ਮਿੰਟ ਬਾਅਦ ਗੇੜਾ ਮਾਰਦਾ ਰਹਿੰਦਾ ਬਸ ਉੱਧਰ ਨੂੰ ਬੰਦੇ ਲੈ ਗਿਆ ਇੱਧਰ ਨੂੰ ਛੱਡਤੇ ਅਤੇ ਆਹ ਦੇਖ ਸਕਦੇ ਹੋ ਤੁਸੀਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਬਾਸਕਿਟ ਦੇ ਵਿੱਚ ਆਹ ਸੀਗਾ ਜੀ ਮੈਂ ਜਿਹੜਾ ਕਹਿੰਦਾ ਸੀ ਸਾਈਡ 'ਤੇ ਆਹ ਬਣਿਆ ਹੋਇਆ ਖਾਸਾ ਵੱਡਾ ਬੱਚਿਆਂ ਦੇ ਖੇਡਣ ਵਾਸਤੇ ਆ ਉੱਧਰ ਝੂਲੇ ਝਾਲੇ ਵੀ ਹੈਗੇ ਆ ਸੋ ਹੁਣ ਆਪਾਂ ਚੱਲਦੇ ਹਾਂ ਵਾਪਸ ਥੱਕ ਗਏ ਥੋੜ੍ਹਾ ਜਿਹਾ ਅੰਗਦ ਆਰ ਯੂ ਟਾਇਰਡ ਥੱਕ ਗਿਆ ਪੁੱਤ ਯੈਸ ਚਲੋ ਆ ਜਾਓ ਆਹ ਉਰੇ ਜੀ ਬੱਕਰੀਆਂ ਨੇ ਗਾਵਾਂ ਨੇ ਇੱਧਰ ਉਹ ਪਰਲੇ ਪਾਸੇ ਕਾਫੀ ਜਾਣੇ ਹੋਏ ਸੀਗੇ ਜੀ ਉਰੇ ਅਤੇ ਓਵਰਆਲ ਐਕਸਪੀਰੀਅੰਸ ਮੈਨੂੰ ਤਾਂ ਵਧੀਆ ਲੱਗਿਆ ਐਨ ਮਤਲਬ ਪ੍ਰੋਪਰ ਵਧੀਆ ਆਊਟਿੰਗ ਜੀ ਆ ਅਤੇ ਆਪਾਂ ਇਹਨੂੰ ਉਸ਼ਾ ਨੂੰ ਫੜ ਕੇ ਰੱਖਣਾ ਪੈਣਾ ਨਹੀਂ ਆਪਣੀਆਂ ਰੈਸਬੇਰੀਆਂ ਡਿੱਗ ਜਾਣੀਆਂ ਨੇ ਤੁਹਾਨੂੰ ਕਿਵੇਂ ਲੱਗਿਆ ਅੰਕਲ ਤੈਨੂੰ ਕਿਵੇਂ ਲੱਗਿਆ ਪੁੱਤ ਗੁੱਡ ਸੀ ਕਿ ਬੈਡ ਸੀ ਡੂ ਯੂ ਲਾਈਕ ਇਟ ਯੈਸ ਅਤੇ ਬਸ ਹੁਣ ਘਰ ਨੂੰ ਚੱਲਦੇ ਹਾਂ ਜੀ ਕਿੰਨੇ ਆਪਣੇ ਡਾਲਰ ਲੱਗੇ 8 ਦੇ ਸੀ ਇੱਕ 8 ਦੀ ਆ 24 ਡਾਲਰ ਲੱਗੇ ਟੋਟਲ ਪਰ ਵਰਥ ਇਟ ਸੀਗੇ ਆਪਾਂ ਐਂ ਕਹੀਏ ਵੀ ਲਾਈਕ ਰੈਸਬੇਰੀਆਂ ਉਹਨਾਂ ਲਈ ਇੰਨੇ ਵਰਥ ਇਟ ਨਹੀਂ ਹੈਗੇ $24 ਦੀ ਉਹ ਤੋਂ ਵੱਧ ਆ ਜਾਣ ਪਰ ਓਵਰਆਲ ਐਕਸਪੀਰੀਅੰਸ ਸਾਰਾ ਉਹ ਚੀਜ਼ ਲਈ ਵਧੀਆ ਸੀ ਬਾਕੀ ਉਹ ਤੁਹਾਨੂੰ ਦੱਸਿਆ ਵੀ ਜਿੱਦਾਂ ਗਾਵਾਂ ਮੱਝਾਂ ਆਹ ਕੁਛ ਵੀ ਹੈਗਾ ਬੱਚਿਆਂ ਦੇ ਖੇਡਣ ਨੂੰ ਵੀ ਹੈਗਾ ਅੰਦਰ ਇੱਧਰ ਦੁਕਾਨ ਵੀ ਸੀ ਅਸੀਂ ਗਏ ਨਹੀਂ ਉੱਥੇ ਆਈਸਕ੍ਰੀਮ ਵਗੈਰਾ ਸਾਰਾ ਫੂਡ ਵੀ ਸੀਗਾ ਹੈ ਨਾ ਹੌਟ ਡੋਗ ਦਾ ਟਰੱਕ ਲੱਗਿਆ ਸੀ ਕਿਉਂਕਿ ਹੁਣ ਅਸੀਂ ਬਸ ਘਰ ਹੀ ਚਲੇ ਜਾਣਾ ਪਰ ਕਾਫੀ ਵਧੀਆ ਇੰਜੋਏ ਕਰਨ ਵਾਸਤੇ ਹੈਗਾ ਅਤੇ ਮੋਸਟਲੀ ਤਾਂ ਜਿਹੜੇ ਆਸੇ ਪਾਸੇ ਰਹਿੰਦੇ ਆ ਉਹ ਤਾਂ ਉਰੇ ਆਈ ਨੇ ਜੀ ਕੈਲੇਡਨ ਦੇ ਵਿੱਚ ਬ੍ਰੈਂਪਟਨ ਦੇ ਜਮ੍ਹਾਂ ਨਾਲ ਹੀ ਆ ਸਾਨੂੰ ਹੀ ਪਤਾ ਨਹੀਂ ਕਿਉਂ ਇੰਨਾ ਟਾਈਮ ਲੱਗ ਗਿਆ ਉਰੇ ਆਉਣ ਨੂੰ ਹੈ ਨਾ ਸ਼ਰਨ ਅਸੀਂ ਬਹੁਤ ਵਾਰੀ ਸੋਚਿਆ ਜਦੋਂ ਸ਼ੈਲਬਨ ਰਹਿੰਦੇ ਹੁੰਦੇ ਸੀ ਉੱਧਰ ਵੀ ਉਦੋਂ ਵਿੰਟਰ ਸੀਗੀ ਸਾਨੂੰ ਆਏ ਸੀ ਵੀ ਗਰਮੀ ਆਉਣ ਅਸੀਂ ਫਾਰਮਾਂ ਦੇ ਵਿੱਚ ਜਾਇਆ ਕਰਨਾ ਫਾਰਮਾਂ ਅਤੇ ਪਰ ਵਧੀਆ ਸੀ ਓਵਰਆਲ ਹੁਣ ਆਪਾਂ ਘਰ ਨੂੰ ਚੱਲਦੇ ਹਾਂ ਜੀ